ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਕੁਝ ਅਹਿਮ ਖਬਰਾਂ ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ ਸਿੱਧੂ ਨੂੰ ਕਾਂਗਰਸ ਦਾ ਕਰਾਰਾ ਝਟਕਾ ਇੱਕ ਵੀਡੀਓ ਨੇ ਨਵਜੋਤ ਸਿੰਘ ਸਿੱਧੂ ਦੇ ਕੀਤੇ ਸੁਪਨੇ ਚੂਰ ਅੱਜ ਮੁਹਾਲੀ 'ਚ ਆਪ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਪੰਜਾਬ ਦੀ ਸੱਤਾ ਹਥਿਆਉਣ ਲਈ ਦਰਜਣਾ ਹਲਕਿਆਂ ਵਿੱਚ ਬਾਹਰਲੇ ਉਮੀਦਵਾਰ ਵੱਖ-ਵੱਖ ਪਾਰਟੀਆਂ ਨੇ ਉਤਾਰੇ ਭਗਵੰਤਪਾਲ ਸੱੱਚਰ ਦੀ ਇੱਕ ਦਿਨ ਬਾਅਦ ਹੀ ਹੋਈ ਕਾਂਗਰਸ ਵਿੱਚ ਘਰ ਵਾਪਸੀ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਲੋਰ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਵਿੱਚ ਹੋਏ ਸ਼ਾਮਲ ਘਰ ਇੱਕ ਇੱਕੋ ਹੀ ਘਰ ਦੀ ਛੱਤ ਤੇ ਭਾਜਪਾ ਤੇ ਕਾਂਗਰਸ ਦੇ ਝੂਲ ਰਹੇ ਨੇ ਝੰਡੇ ਅਤੇ ਵੱਡੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਚੋਣ ਮੈਦਾਨ ਤੋਂ ਹੋਏ ਬਾਹਰ ਦੋਸਤੋ ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਆਪਣੇ ਪ੍ਰੋਗਰਾਮ ਦੌਰਾਨ ਵਿਸਥਾਰ ਨਾਲ ਵਿਚਾਰਾਂਗੇ ਉਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਪ੍ਰੋਗਰਾਮ ਵੇਖਦੇ ਹੋ ਸੁਣਦੇ ਹੋ ਪਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਦੂਸਰੀ ਬੇਨਤੀ ਇਹ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਫਿਰ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਦੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰ ਦੇਣੇ ਇਹਦੇ ਨਾਲ ਹੀ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਚੋਣ ਦੰਗਲ ਪੰਜਾਬ ਇਲੈਕਸ਼ਨ 2022 ਉਹਦੇ ਵਿੱਚ ਰੋਜ਼ ਕੋਸ਼ਿਸ਼ ਕਰਿਆ ਕਰਨੀ ਹੈ ਜਦੋਂ ਤੱਕ ਚੋਣਾਂ ਨਹੀਂ ਕਿ ਕੁਝ ਇੱਕ ਅੰਕੜੇ ਕੁਝ ਕ ਹਲਕਿਆਂ ਦੀ ਸਮੀਖਿਆ ਜਾਂ ਕਿਸੇ ਵਿਦਵਾਨ ਨੂੰ ਲਿਆ ਕੇ ਜਾਂ ਕਿਸੇ ਉਮੀਦਵਾਰ ਨੂੰ ਲਿਆ ਕੇ ਉਹਦੇ ਨਾਲ ਇਹਨਾਂ ਚੋਣਾਂ ਦੇ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਅੱਜ ਦਾ ਜਰੂਰ ਪ੍ਰੋਗਰਾਮ ਦੇਖਿਓ ਡਾਕਟਰ ਪਿਆਰੇ لال ਗਰਗਹੁਰਾਂ ਦੇ ਨਾਲ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਚਿਹਰੇ ਮੁੱਦਿਆਂ ਨਾਲੋਂ ਕਿਉਂ ਭਾਰੂ ਨੇ ਦੂਸਰਾ ਤੁਸੀਂ ਅਕਸਰ ਪੁੱਛਦੇ ਹੋ ਅਸੀਂ ਵੋਟ ਕਿਹਨੂੰ ਪਾਈਏ ਸ਼ਾਇਦ ਤੁਹਾਨੂੰ ਤੁਹਾਡੇ ਉਸ ਸਵਾਲ ਦਾ ਜਵਾਬ ਉਹ ਪ੍ਰੋਗਰਾਮ ਦੇਖ ਕੇ ਮਿਲ ਜਾਏਗਾ ਕਿ ਤੁਸੀਂ ਵੋਟ ਕਿਹਨੂੰ ਪਾਵੋ ਕਿਰਪਾ ਕਰਕੇ ਜਰੂਰ ਦੇਖਿਓ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਅਨੇਕਾਂ ਪ੍ਰੋਗਰਾਮ ਵੇਖਣੇ ਸੁਣਨੇ ਬੜੇ ਲਾਜ਼ਮੀ ਨੇ ਤਾਂ ਕਿ ਤੁਸੀਂ ਆਪਣਾ ਮਨ ਬਣਾ ਸਕੋ ਕਿ ਤੁਹਾਨੂੰ ਪੰਜਾਬ ਲਈ ਆਪਣੇ ਲਈ ਕੀ ਸੋਚਣਾ ਤੇ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਹੁਣ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦੇ ਸੁਪਨੇ ਕਈ ਵਿਅਕਤੀ ਲੈ ਰਹੇ ਨੇ। ਉਹਨਾਂ ਵਿੱਚੋਂ ਇੱਕ ਨੇ ਨਵਜੋਤ ਸਿੰਘ ਸਿੱਧੂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਬਹੁਤ ਸਾਰੇ ਲੀਡਰਾਂ ਨੇ। ਪਰ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਹੀ ਇੱਕ ਕਰਾਰਾ ਝਟਕਾ ਇੱਕ ਵੀਡੀਓ ਨੇ ਦਿੱਤਾ ਹੈ। ਉਹ ਵੀਡੀਓ ਕੀ ਕਹਿੰਦੀ ਹੈ ਕਿ ਜੇਕਰ ਕਾਂਗਰਸ ਚੋਣ ਜਿੱਤਦੀ ਹੈ ਤਾਂ ਉਹਦੇ ਤੋਂ ਬਾਅਦ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਇਹ ਵੀਡੀਓ ਸੰਕੇਤ ਦੇ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਬਾਲੀਵੁੱਡ ਸਟਾਰ ਸੋਨੂ ਸੂਦ ਦੀ ਇਹ ਵੀਡੀਓ ਕਾਂਗਰਸ ਨੇ ਜਾਰੀ ਕੀਤੀ ਹੈ ਤੇ ਉਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਸੁਣਿਆ ਜਾ ਸਕਦਾ ਕਿ ਨਵੇਂ ਮੁੱਖ ਮੰਤਰੀ ਦੀਆਂ ਖੂਬੀਆਂ ਕੀ ਹੋ ਸਕਦੀਆਂ ਨੇ ਖੂਬੀਆਂ ਦੇ ਉੱਤੇ ਸੋਨੂ ਸੂਦ ਗੱਲ ਕਰਦੇ ਨਜ਼ਰ ਆਉਂਦੇ ਨੇ ਸੋਨੂ ਸੂਦ ਗੱਲਬਾਤ ਕਰ ਰਹੇ ਨੇ ਗੱਲਬਾਤ ਸੰਪਾਪਤ ਹੁੰਦੀ ਹੈ ਤੇ ਬਾਅਦ ਦੇ ਵਿੱਚ ਕੁਝ ਫੁਟੇਜ ਸਾਹਮਣੇ ਆਉਂਦੀ ਆ ਉਸ ਫੁਟੇਜ ਦੇ ਵਿੱਚ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਨਜ਼ਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਉਸ ਵੀਡੀਓ ਦੇ ਵਿੱਚੋਂ ਮੁਕੰਮਲ ਤੌਰ ਤੇ ਗਾਇਬ ਨੇ ਇਸ ਵੀਡੀਓ ਦੀ ਅਹਿਮ ਗੱਲ ਇਹ ਹੈ ਕਿ ਇੱਕ ਪਾਸੇ ਸੀਐਮ ਚੰਨੀ ਦੀ ਅਗਵਾਈ ਦੇ ਵਿੱਚ ਚੋਣ ਲੜਨ ਦੇ ਸੰਕੇਤ ਨੇ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਇਹ ਦੱਸ ਦਿੱਤਾ ਗਿਆ ਕਿ ਭਾਈ ਸੀਐਮ ਕੌਣ ਹੋਊ ਕੌਣ ਹੋਣਾ ਚਾਹੀਦਾ ਇਹ ਦੱਸਣ ਦੀ ਜ਼ਰੂਰਤ ਨਾ ਪਵੇ ਕਿ ਉਹ ਆਪ ਸੀਐਮ ਦਾ ਕੈਂਡੀਡੇਟ ਹੈ ਉਹ ਕਹਿੰਦੇ ਅਸਲ ਮੁੱਖ ਮੰਤਰੀ ਉਹੀ ਹੁੰਦਾ ਹੈ ਜਿਹਨੂੰ ਦੱਸਣਾ ਨਾ ਪਵੇ ਦਰਸਲ ਜਦੋਂ ਕਾਂਗਰਸ ਹਾਈਕਮਾ ਨੇ ਅੱਜ ਤੱਕ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਕੌਣ ਹੋਊਗਾ ਕਹਿੰਦੇ ਸਾਂਝਾ ਜਿਆ ਹੋ ਆ ਪਹਿਲਾ ਵੀਡੀਓ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ ਜਿਹਦੇ ਨਾਲ ਝਟਕਾ ਹੈ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਕੁਝ ਉਥਲ ਪੁਥਲ ਵੀ ਨਜ਼ਰ ਆਵੇ ਹਾਈਕਮਾਨ ਦੀ ਇਹ ਪਹਿਲੀ ਵੀਡੀਓ ਹੈ ਜਿਹਦੇ ਵਿੱਚ ਸਿੱਧੂ ਦੀ ਬਜਾਏ ਸੀਐਮ ਚੰਨੀ ਨੂੰ ਪ੍ਰਮੋਟ ਕੀਤਾ ਗਿਆ ਹੋਵੇ 36 ਸੈਕਿੰਡ ਦੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬਾਬਤ ਅਤੇ ਚਰਨਜੀਤ ਸਿੰਘ ਚੰਨੀ ਦੇ ਬਾਬਤ ਕੀ ਕਹਿੰਦੇ ਨੇ ਉਹ ਕਹਿੰਦੇ ਅਸਲੀ ਚੀਫ ਮਨਿਸਟਰ ਉਹ ਹੁੰਦਾ ਹੈ ਜਿਹਨੂੰ ਜ਼ਬਰਦਸਤੀ ਕੁਰਸੀ ਤੇ ਲਿਆ ਕੇ ਬਿਠਾ ਦਿੱਤਾ ਜਾਵੇ ਜਿਹਨੂੰ ਦੱਸਣਾ ਨਾ ਪਵੇ ਕਿ ਉਹ ਚੀਫ ਮਨਿਸਟਰ ਦਾ ਕੈਂਡੀਡੇਟ ਹੈ ਕਿ ਮੈਂ ਡਿਜ਼ਰਵ ਕਰਦਾ ਹਾਂ ਹੋਣਾ ਉਹੋ ਚਾਹੀਦਾ ਕਹਿੰਦੇ ਭਾਵੇਂ ਉਹ ਬੈਕ ਬੈਂਚਰ ਹੋਵੇ ਉਹਨੂੰ ਪਿੱਛੇੋਂ ਲਿਆ ਕੇ ਅੱਗੇ ਬਿਠਾਇਆ ਜਾਵੇ ਕਿ ਦੇਖ ਬਈ ਤੂੰ ਆਹ ਅਹੁਦੇ ਵਾਸਤੇ ਲੋੜੀਂਦਾ ਤੂੰ ਡਿਜ਼ਰਵ ਕਰਦਾ ਹੈ ਤੁਸੀਂ ਮੁੱਖ ਮੰਤਰੀ ਬਣੋ ਹੁਣ ਕਹਿੰਦੇ ਇਸ ਤਰ੍ਹਾਂ ਦਾ ਹੀ ਮੁੱਖ ਮੰਤਰੀ ਬਣੇਗਾ ਤੇ ਇਸੇ ਤਰ੍ਹਾਂ ਦਾ ਬੰਦਾ ਦੇਸ਼ ਬਦਲ ਸਕਦਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਉਸ ਵਕਤ ਵੱਡਾ ਘਟਨਾਕਰਨ ਵਾਪਰਿਆ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀੋਂ ਉਲਾਬੇ ਕੀਤਾ ਗਿਆ। ਨਵੇਂ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਹੋਈ। ਉਸ ਤੌਰ ਤੇ ਵਿੱਚ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਅੰਬਿਕਾ ਸੋਨੀ ਦੇ ਨਾਲ-ਨਾਲ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਾ ਨਾਮ ਚੱਲਿਆ ਸੀ। ਪਰ ਦੂਰ ਦੂਰ ਤੱਕ ਤੇ ਚਰਨਜੀਤ ਸਿੰਘ ਚੰਨੀ ਇਸ ਤੌਰ ਵਿੱਚ ਨਾਜ਼ਰ ਨਹੀਂ ਸੀ ਆ ਰਿਹਾ ਸ਼ਾਮਲ ਨਹੀਂ ਸੀ ਉਹਨਾਂ ਨੇ ਖੁਦ ਦੱਸਿਆ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਕਿ ਤੁਹਾਨੂੰ ਸੀਐਮ ਬਣਾ ਦਈਏ ਬਣੋਗੇ ਉਹ ਕਹਿੰਦੇ ਮੈਂ ਆਖੇ ਸੀ ਕਿਸੇ ਹੋਰ ਨੂੰ ਬਣਾ ਦਿਓ ਜਦੋਂ ਕਿ ਰਾਜਨੀਤਿਕ ਹਲਕਿਆਂ ਦੇ ਵਿੱਚ ਇਹ ਵੀ ਗੱਲ ਰਹੀ ਇਹ ਵੀ ਚਰਚਾ ਚੱਲਦੀ ਰਹੀ ਕਿ ਭਾਵੇਂ ਚਰਨਜੀਤ ਸਿੰਘ ਚੰਨੀ ਡਿਜ਼ਰਵ ਨਹੀਂ ਸੀ ਕਰਦੇ ਪਰ ਕਾਂਗਰਸ ਨੇ ਆ ਚੋਣਾਂ ਦੇ ਮੱਦੇ ਨਾਜ਼ਰ ਪੰਜਾਬ ਦੇ ਵਿੱਚ 32% ਅਨਸੂਚਿਤ ਜਾਤੀ ਵੋਟ ਬੈਂਕਾਂ ਦਰਅਸਲ ਨਿਸ਼ਾਨਾ ਉਹਦੇ ਤੇ ਸਿਨੇ ਆ ਸੀ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਉਲਟ ਨਵਜੋਤ ਸਿੰਘ ਸਿੱਧੂ ਸੀਐਮ ਦੀ ਕੁਰਸੀ ਨੂੰ ਲੈ ਕੇ ਲਗਾਤਾਰ ਦਾਅਵੇਦਾਰੀ ਠੋਕਰ ਰਿਹਾ ਉਹ ਬਹੁਤ ਵਾਰੀ ਤੁਸੀਂ ਸੁਣੇ ਹੋਣਗੇ ਕਹਿੰਦੇ ਨੇ ਕਿ ਪੰਜਾਬ ਦਾ ਭਲਾ ਉਹੀ ਕਰ ਸਕਦਾ ਹੈ ਪੰਜਾਬ ਦਾ ਭਲਾ ਇੱਕ ਇਮਾਨਦਾਰ ਬੰਦਾ ਹੀ ਕਰ ਸਕਦਾ ਹੈ ਆ ਚੰਨੀ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਵਨ ਰਹੇ ਨੇ ਕੱਲ ਵੀ ਉਹਨਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਾਰਾ ਕੁਝ ਠੇਕੇ ਤੇ ਦੇ ਰੱਖਿਆ ਸੀ ਉਹ ਕਹਿੰਦੇ ਹੁੰਦੇ ਨੇ ਮੇਰੇ ਕੋਲ ਰੋਡ ਮੈਪ ਹੈ ਉਹਨਾਂ ਕੋਲ ਪੰਜਾਬ ਮਾਡਲ ਹੈ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਸਿੱਧੂ ਨੇ ਕਈ ਵਾਰੀ ਇਸ ਮਸਲੇ ਨੂੰ ਆਧਾਰ ਬਣਾ ਕੇ ਹਾਈ ਕਮਾਂਡ ਨੂੰ ਤਿੱਖੇ ਤੇਵਰ ਵੀ ਦਿਖਾਏ ਆ ਪਰ ਆ ਜਿਹੜੀ ਸੋਨੂ ਸੂਤ ਦੀ ਵੀਡੀਓ ਆਈ ਹੈ ਹੋ ਸਕਦਾ ਹੈ ਕਿ ਇੱਕ ਵਾਰੀ ਫੇਰ ਪੰਜਾਬ ਦੀ ਸਿਆਸਤ ਵਿੱਚ ਖਾਸ ਕਰਕੇ ਕਾਂਗਰਸ ਦੇ ਵਿੱਚ ਗਰਮਾਹਟ ਦੇਖਣ ਨੂੰ ਮਿਲੇ ਤੇ ਹੁਣ ਸੱਤਾ ਹਰ ਕੋਈ ਪਾਰਟੀ ਹੱਥੇ ਆਉਣਾ ਚਾਹੁੰਦੀ ਹੈ ਇਸ ਕਰਕੇ ਉਹਨਾਂ ਨੇ ਕੀਤਾ ਕੀ ਹੈ ਪੰਜਾਬ ਦੀਆਂ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ ਪਹਿਲਾਂ 14 ਫਰਵਰੀ ਨੂੰ ਸੀ ਹੁਣ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਧਿਆਨ ਵਿੱਚ ਰੱਖਦੇ ਹਾਂ 6 ਦਿਨ ਅੱਗੇ ਪਾ 20 ਫਰਵਰੀ ਤਰੀਕ ਨਿਰਧਾਰਤ ਕਰ ਦਿੱਤੀ ਗਈ ਹੈ ਵੱਖ-ਵੱਖ ਸਿਆਸੀ ਧਰਾਂ ਨੇ ਜਿਨ੍ਹਾਂ ਨੇ ਉਮੀਦਵਾਰ ਹਲੇ ਐਲਾਨਣ ਤੇ ਕੁਝ ਐਲਾਨ ਚੁੱਕੀਆਂ ਨੇ ਕਈ ਪੈਰਾਸ਼ੂਟ ਰਹੀਂ ਉਤਾਰੇ ਜਾ ਚੁੱਕੇ ਹੈ ਪਰ ਸਭ ਤੋਂ ਮੋਰੀ ਸਥਾਨ ਪੈਰਾਸ਼ੂਟ ਰਹੀਂ ਉਮੀਦਵਾਰਾਂ ਨੂੰ ਉਤਾਰਨ ਦੇ ਵਿੱਚ ਜੇ ਆਪਾਂ ਆਖ ਸਕਦੇ ਹਾਂ ਕਿ ਬਾਜ਼ੀ ਮਾਰ ਗਿਆ ਸ਼੍ਰੋਮਣੀ ਅਕਾਲੀ ਦਲ ਦੂਸਰਾ ਸਥਾਨ ਕਾਂਗਰਸ ਦਾ ਹਾਲਾਂਕਿ ਉਹਨਾਂ ਨੇ 86 ਵਾਲੇ ਆਪਣੇ ਉਮੀਦਵਾਰ ਐਲਾਨੇ ਆ ਤੀਸਰਾ ਸਭ ਤੋਂ ਵੱਧ ਉਮੀਦਵਾਰ ਐਲਾਨੇ ਨੇ ਆਮ ਆਦਮੀ ਪਾਰਟੀ ਨੇ ਉਹ ਇਹਨਾਂ ਤੋਂ ਇਸ ਮਸਲੇ 'ਚ ਥੋੜੀ ਪਿੱਛੇ ਆ ਪਰ ਘੱਟ ਉਹ ਵੀ ਨਹੀਂ ਪੰਜਾਬ ਦੇ ਚੌਣ ਮੈਦਾਨ ਦੇ ਵਿੱਚ ਤਿੰਨ ਹੀ ਪ੍ਰਮੁੱਖ ਪਾਰਟੀਆਂ ਨੇ ਤੁਸੀਂ ਦੇਖੋ ਕਿ 67 ਉਮੀਦਵਾਰ ਉਹ ਨਹੀਂ ਨਾ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਨੂੰ ਜਿਹੜੇ ਹਲਕੇ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਉਹ ਉਸ ਹਲਕੇ ਦੇ ਰਹਿਣ ਵਾਲੇ ਨਹੀਂ ਹੈ ਪਰ ਬਾਹਰੋਂ ਲਿਆ ਕੇ ਲੋਕਾਂ ਦੇ ਉੱਤੇ ਉਹ ਉਮੀਦਵਾਰ ਥੋਪੇ ਗਏ ਆ ਮਿਲੇ ਵੇਰਵਿਆਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਤੋਂ ਮੋਹਰੀ ਹੈ। ਅਕਾਲੀ ਦਲ ਨੇ ਆਪਣੇ 94 ਉਮੀਦਵਾਰ ਐਲਾਨੇ ਜਿਨ੍ਹਾਂ ਦੇ ਵਿੱਚੋਂ 34 ਹਲਕਿਆਂ ਤੋਂ ਬਾਹਰਲੇ ਉਮੀਦਵਾਰ ਨੇ ਇਹ ਕਰੀਬ 36% ਬਣਦਾ ਹੈ। ਇਸੇ ਤਰ੍ਹਾਂ ਕਾਂਗਰਸ ਨੇ ਹਰੇਕ 86 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚੋਂ ਤਕਰੀਬਨ ਡੇਢ ਦਰਜਣ ਬਾਹਰਲੇ ਉਮੀਦਵਾਰ ਨੇ ਜੋ 20% ਬਣਦੇ ਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਉਮੀਦਵਾਰ ਐਲਾਨੇ ਨੇ 111 ਐਲਾਨੇ ਆ। ਉਨਾ ਚੋ 16 ਹਲਕਿਆਂ ਤੋਂ ਬਾਹਰਲੇ ਉਮੀਦਵਾਰ ਨੇ ਜੋ ਕਿ ਕਰੀਬ 14 ਫੀਸਦੀ ਬਣਦੇ ਆ ਭਾਵੇਂ ਅਛੂਤੀ ਕੋਈ ਵੀ ਨਹੀਂ ਰਹੀ ਪਾਰਟੀ ਸਿਆਸੀ ਧਿਰਾਂ ਦੇ ਵੱਲੋਂ ਹਲਕੇ ਦੇ ਲੀਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸਿਰਫ ਤੇ ਸਿਰਫ ਕਿ ਉਹ ਹਲਕਾ ਜਿੱਤਣਾ ਹੈ ਜਿੱਤਣ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਿਆ ਗਿਆ ਜਾਂ ਫਿਰ ਇਹ ਆਖ ਸਕਦਾ ਹੈ ਆਪਣੀ ਚਿਹਤਿਆਂ ਨੂੰ ਟਿਕਟਾਂ ਦੇ ਕੇ ਦੂਸਰੇ ਹਲਕਿਆਂ ਵਿੱਚ ਉਤਾਰ ਦਿੱਤਾ ਗਿਆ ਤਾਂ ਕਿ ਚੋਣ ਜਿੱਤੀ ਜਾ ਸਕੇ ਜਾਂ ਆਪਣੇ ਚਿਹਤਿਆਂ ਦਾ ਖਿਆਲ ਰੱਖਿਆ ਜਾ ਸਕੇ ਕਾਂਗਰਸ ਨੇ ਬਠਿੰਡਾ ਜਿਲ੍ਹੇ ਦੇ 6 ਚੋਂ 5 ਹਲਕਿਆਂ ਚ ਬਾਹਰਲੇ ਉਮੀਦਵਾਰ ਐਲਾਨੇ ਆ। ਤਲਵੰਡੀ ਸਾਬੋ ਤੋਂ ਖੁਸ਼ਬਾਦ ਜਟਾਣਾ, ਪੁੱਚੋਮੰਡੀ ਤੋਂ ਪ੍ਰੀਤਮ ਕੋਟਪਾਈ, ਮੌੜ ਤੋਂ ਡਾਕਟਰ ਮੰਜੂ ਬਾਲਾ ਵਾਹਸਲ ਇਹ ਹਲਕੇ ਤੋਂ ਬਾਹਰਲੇ ਉਮੀਦਵਾਰ ਹੈ। ਮਲੋੜ ਤੋਂ ਕਾਂਗਰਸੀ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਨੇ। ਰੁਪਿੰਦਰ ਰੂਬੀ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਤੇ ਉਹ ਵੀ ਆਊਟਸਾਈਡਰ ਨੇ। ਦਾਖਾ ਤੋਂ ਉਮੀਦਵਾਰ ਐਲਾਨੇ ਨੇ ਕੈਪਟਨ ਸੰਧੂ। ਉਹ ਵੀ ਫਰੀਦਕੋਟ ਤੇ ਰਹਿਣ ਵਾਲੇ ਆ। ਇਸ ਤਰ੍ਹਾਂ ਫਲੋਰ ਚ ਅਮਲੋਚ ਖੰਨੇ ਚ ਨਿਹਾਲ ਸਿੰਘ ਵਾਲੇ ਚ ਬਾਗੇ ਪਰਾਣੀ ਚ ਸਮਾਣਾ ਸੰਗਰੂਰ ਇਹਨਾਂ ਸਾਰਿਆਂ ਹਲਕਿਆਂ ਦੇ ਵਿੱਚ ਵੀ ਕਾਂਗਰਸ ਨੇ ਬਾਹਰਲੇ ਉਮੀਦਵਾਰ ਐਲਾਨੇ ਆ। ਸ਼੍ਰੋਮਣੀ ਅਕਾਲੀ ਦਲ ਨੇ ਲਹਿਰਾ ਗਾਗਾ ਸੰਗਰੂਰ ਧੂਰੀ ਸੁਨਾਮ ਡਿੜਵਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਉਮੀਦਵਾਰ ਉਤਾਰੇ ਆ ਉਹ ਵੀ ਉੱਥੋਂ ਦੇ ਰਹਿਣ ਵਾਲੇ ਨਹੀਂ ਉੱਥੋਂ ਦੇ ਵਸਿੰਦੇ ਨਹੀਂ ਉਹ ਬਾਹਰਲੇ ਆ। ਬਠਿੰਡਾ ਦਿਹਾਤੀ ਚ ਅਬੋਰ ਦੇ ਪ੍ਰਕਾਸ਼ ਸਿੰਘ ਪੱਟੀ ਹਲਕਾ ਮੌੜ ਵਿੱਚ ਮੁਖਸਰ ਦੇ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰੀ ਵਿੱਚ ਗੁਰੂ ਹਰਸ਼ਾਏ ਦੇ ਵੋਟਰਾਂ ਨੂੰ ਵੀ ਅਤੇ ਡੇਰਾ ਬਾਬਾ ਨਾਨਕ ਵਿੱਚ ਫਤੇਗੜ ਚੂੜੀਆਂ ਹਲਕੇ ਦੇ ਰਹਿਣ ਵਾਲੇ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਟਾਲਾ, ਬੰਗਾ, ਧਰਮਕੋਟ, ਜੀਰਾ, ਜਲਾਲਾਬਾਦ, ਫਾਜ਼ਿਲਕਾ, ਪੁੱਚੋਮੰਡੀ, ਆਤਮਨਗਰ, ਸ਼ਤਰਾਨਾ, ਰਾਜਪੁਰਾ, ਕਨੌਟਸ, ਨੌਰ ਇਹ ਸਾਰੀਆਂ ਥਾਵਾਂ ਦੇ ਉੱਤੇ ਬਾਹਰਲੇ ਉਮੀਦਵਾਰ ਉਤਾਰੇ ਹੈ। ਤੇ ਜਿਹੜੇ ਉਸ ਹਲਕੇ ਦੇ ਰਹਿਣ ਵਾਲੇ ਆਗੂ ਨੇ ਭਾਵੇਂ ਪਹਿਲੀ ਕਤਾਰ ਦੇ ਆ ਭਾਵੇਂ ਦੂਸਰੀ ਕਤਾਰ ਦੇ ਆ। ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਆ ਕਿ ਸਾਡੇ ਉੱਤੇ ਬਾਹਰਲੇ ਸਾਡੇ ਉੱਤੇ ਆਊਟਸਾਈਡਰ ਥੋਪ ਦਿੱਤੇ ਆ ਹੁਣ ਉਹ ਕਹਿੰਦੇ ਜਦੋਂ ਇਹ ਜਿੱਤ ਵੀ ਜਾਂਦੇ ਆ ਜਿੱਤ ਕੇ ਆਪਣੇ ਅਸਲੀ ਟਿਕਾਣੇ ਤੇ ਜਾ ਬੈਠਦੇ ਆ ਸਾਨੂੰ ਕੰਮਕਾਰ ਵਾਸਤੇ ਲੰਬੇ ਪਿੰਡੇ ਤੈਅ ਕਰਨੇ ਪੈਂਦੇ ਆ ਤੇ ਆਮ ਆਦਮੀ ਪਾਰਟੀ ਇਹਨਾਂ ਨਾਲੋਂ ਭਾਵੇਂ ਪਿੱਛੇ ਪਰ ਘਾਟ ਉਹਨਾਂ ਨੇ ਵੀ ਗੁਜ਼ਾਰੀ ਆਪ ਵੱਲੋਂ ਮਲੋੜ ਤੋਂ ਡਾਕਟਰ ਬਲਜੀਤ ਕੌਰ ਨੂੰ ਮੈਦਾਨ ਚ ਉਤਾਰਿਆ ਗਿਆ ਮੁਖਸਰ ਦੇ ਰਹਿਣ ਵਾਲੇ ਆ ਰਾਮਪੁਰਾ ਫੂਲ ਤੋਂ ਗਾਇਕ ਬਲਕਾਰ ਸਿੱਧੂ ਉਮੀਦਵਾਰ ਐਲਾਨੇ ਗਿਆ ਉਹ ਪੁੱਛੋ ਦੇ ਰਹਿਣ ਵਾਲੇ ਆ ਜਨਾਲਾ ਤੋਂ ਕੁਲਦੀਪ ਸਿੰਘ ਢਾਲੀਵਾਲ ਵੀ ਹਲਕਾ ਰਾਜਾ ਸੰਸਦ ਦੀ ਰਹਿਣ ਵਾਲੇ ਆ ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾ ਅੰਮ੍ਰਿਤਸਰ ਕੇਂਦਰੀ ਤੋਂ ਹੈ ਅਜੇ ਗੁਪਤਾ ਅੰਮ੍ਰਿਤਸਰ ਈਸਤ ਤੋਂ ਜੀਵਨ ਜੋਤ कौर ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਅਤੇ ਖਰੜ ਤੋਂ ਉਮੀਦਵਾਰ ਅਨਮੋਲ ਗਗਨਮਾਨ ਇਹ ਵੀ ਉਥੋਂ ਦੇ ਲੋਕਲ ਨਹੀਂ ਹੈ ਇਹ ਸਾਰੇ ਦੇ ਸਾਰੇ ਬਾਹਰਲੇ ਉਮੀਦਵਾਰ ਨੇ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਹਲਕਿਆਂ ਦੇ ਵਿੱਚ ਰਹਿਣ ਵਾਲੇ ਭਾਵੇਂ ਉਹ ਅਕਾਲੀ ਦਲ ਨਾਲ ਸੰਬੰਧਤ ਹੈ ਉਹ ਕਾਂਗਰਸ ਨਾਲ ਸੰਬੰਧਤ ਹੈ ਭਾਵੇਂ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਕੀ ਨਾ ਸਾਰੀਆਂ ਪਾਰਟੀਆਂ ਨੂੰ ਉਥੋਂ ਦੇ ਲੋਕਲ ਆਗੂਆਂ ਦੇ ਵਿੱਚ ਸਮਰਥਾ ਨਜ਼ਰ ਨਹੀਂ ਆ ਰਹੀ ਜਾਂ ਫਿਰ ਹਲਕਾ ਜਿੱਤਣਾ ਚਾਹੁੰਦੇ ਐ ਉਥੋਂ ਦੇ ਲੋਕ ਜਿਹੜੇ ਲੋਕਲ ਆਗੂ ਨੇ ਸਿਰਫ ਉਹ ਤੱਪਣਾ ਵਾਸਤੇ ਉਹ ਦਰਿਆ ਝਾੜਨ ਵਾਸਤੇ ਉਹ ਪੋਸਟਰ ਲਾਉਣ ਵਾਸਤੇ ਰੱਖੇ ਹੋਇਆ ਜਾਂ ਰੈਲੀਆਂ ਦੇ ਵਿੱਚ ਇਕੱਠ ਕਰਨਾ ਹੈ ਇਕੱਠ ਕਰਨ ਵਾਸਤੇ ਬੱਸਾਂ ਭਰਨ ਵਾਸਤੇ ਰੱਖੇ ਹੋਇਆ ਸ਼ਾਇਦ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਬਾਹਰਲੇ ਉਮੀਦਵਾਰਾਂ ਨੂੰ ਸਬਕ ਸਿਖਾਉਣਗੇ ਪਰ ਤੁਸੀਂ ਸੋਚਦੇ ਹੋਵੋਗੇ ਮੈਂ ਸ਼੍ਰੋਮਣੀ ਅਕਾਲੀ ਦਰ ਸੰਜੁਕਤ ਦੀ ਗੱਲ ਕੀਤੀ ਕਾਪਣਾ ਅਮਰਿੰਦਰ ਸਿੰਘ ਦੀ ਪਾਰਟੀ ਦੀ ਗੱਲ ਨਹੀਂ ਕੀਤੀ ਮੈਂ ਭਾਜਪਾ ਦੀ ਗੱਲ ਨਹੀਂ ਕੀਤੀ ਹਾਲਕਿ ਉਹਨਾਂ ਨੇ ਹਲੇ ਉਮੀਦਵਾਰ ਐਲਾਨਣੇ ਹਨ ਰੰਗ ਗੋਲ ਉਹ ਵੀ ਇਹੀ ਖੇលਾਰਨਗੇ ਭਾਜਪਾ ਨੇ ਤਾਂ ਇਸ ਤਰ੍ਹਾਂ ਦਾ ਕੰਮ ਰੱਖਿਆ ਹੋਇਆ ਕਿ ਜਿਹੜਾ ਮਰਜ਼ੀ ਆਜੋ ਜੀ ਆਆਂ ਨੂੰ ਆਉਣ ਵਾਲੇ ਦਿਨਾਂ ਵਿੱਚੋਂ ਕਿੱਥੋਂ ਕਿਹਨੂੰ ਐਲਾਨਦੇ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ ਪਰ ਸੱਚਮੁੱਚ ਕਿਤੇ ਨਾ ਕਿਤੇ ਚੋਣ ਜਿੱਤਣਾ ਮਕਸਦ ਰਹਿ ਗਿਆ ਇਹ ਮਕਸਦ ਨਹੀਂ ਹੈ ਕਿ ਉਸ ਹਲਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਸੂਰ ਕੀ ਫਿਰ ਤੁਹਾਡੇ ਤੱਪੜ ਕਿਉਂ ਝਾੜਨ ਤੁਹਾਡੀਆਂ ਦਰਿਆ ਕਿਉਂ ਝਾੜਨ ਤੁਹਾਡੇ ਪੋਸਟਰ ਕਿਉਂ ਲਾਉਣ ਤੁਹਾਡੀਆਂ ਬੱਸਾਂ ਕਿਉਂ ਭਰਨ ਜਦੋਂ ਉਹਨਾਂ ਦੇ ਉੱਤੇ ਉਮੀਦਵਾਰ ਤਾਂ ਤੁਸੀਂ ਬਾਹਰੋਂ ਲੈ ਕੇ ਬਿਠਾਉਣਾ ਹੈ ਪਰ ਹੁਣ ਤੁਸੀਂ ਦੇਖੋ ਕਿ ਉਮੀਦਵਾਰ ਕੋਈ ਹੈ ਭਾਵੇਂ ਆਗੂ ਵੱਡਾ ਹੈ ਭਾਵੇਂ ਕੋਈ ਛੋਟਾ ਹੈ ਰੁਪਈਆ ਸਭ ਦਾ ਆਪਣਾ ਭਈਆ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਆ ਹੁਣ ਸਿਆਸਤ ਦੇ ਵਿੱਚ ਸਾਰਾ ਕੁਝ ਕੁਰਸੀ ਹੋ ਗਈ ਸਾਰਾ ਕੁਝ ਟਿਕਟ ਹੋ ਗਿਆ ਵਿਚਾਰ ਧਾਰਾ ਇਹਨਾਂ ਦੀ ਨਾਚ ਧਾਰਾ ਬਣ ਕੇ ਨੱਚ ਰਹੀ ਹੈ ਪੈਸਾ ਜਿਵੇਂ ਨਚਾਈ ਜਾਂਦਾ ਤੇ ਦੁਨੀਆ ਨੱਚੀ ਜਾਂਦੀ ਹੈ ਸਿਆਸੀ ਲੋਕਾਂ ਤੇ ਲੋਕ ਇਤਬਾਰ ਕੀ ਕਰਨ ਕਦੇ ਤੋਲਾ ਹੁੰਦੇ ਤੇ ਕਦੇ ਮਾਸਾ ਹੁੰਦੇ ਇੱਕ ਦਿਨ ਪਹਿਲਾਂ ਕਾਂਗਰਸ ਦੇ ਖਿਲਾਫ ਬਗਾਵਤ ਕਰਦਾ ਕਿ ਮੈਨੂੰ ਟਿਕ ਨਹੀਂ ਮਿਲੀ ਕਾਲੀ ਕੀਤੀ ਕਾਂਗਰਸ ਛੱਡੀ ਭਾਰਤੀ ਜਨਤਾ ਪਾਰਟੀ ਸ਼ਵਲ ਕਾਂਗਰਸ ਕਮੇਟੀ ਦਿਹਾਤੀ ਦੇ ਜ਼ਿਲ੍ਹਾ ਅਮਰitsar ਦੇ ਪ੍ਰਧਾਨ ਭਗਵੰਤ ਪਾਲ ਸੱਚਰ ਇੱਕ ਦਿਨ ਚ ਪਤਾ ਨਹੀਂ ਕਿਹੜਾ ਇਸ ਤਰ੍ਹਾਂ ਦਾ ਇਲਹਾਮ ਹੋ ਗਿਆ ਕਿ ਮੁਰਦਕੇ ਫੇਰ ਕਾਂਗਰਸ ਤੇ ਹੋ ਗਈ। ਕਹਿੰਦੇ ਸੀ ਹਲਕਾ ਮਜੀਠਾ ਤੋਂ ਮੈਨੂੰ ਟਿਕਟ ਦਿਓ। ਟਿਕਟ ਦਿੱਤੀ ਨਹੀਂ ਸੀ। ਬਸ ਇਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਹੋ ਗਈ ਸੀ। ਹੁਣ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਮਾਮਲਾ ਪੈਤਰਾ ਵਿਚਾਰਿਆ ਜਾਊ। ਹਾਈ ਕਮਾਂਡ ਨੇ ਅੱਜ ਉਹਨੂੰ ਸੱਦ ਵੀ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਘਰ ਵਾਪਸੀ ਦੇ ਵਾਸਤੇ ਉਹਨਾਂ ਦੇ ਘਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ। ਕੈਬਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਪਹੁੰਚੇ। ਸੁਖ ਸਰਕਾਰੀਆ ਪਹਾਵ ਇਹ ਮਾਝਾ ਬਰਗੇਡ ਸਾਰੀ ਉਹਨਾਂ ਦੇ ਘਰ ਗਈ ਇਹਨਾਂ ਦੇ ਨਾਲ ਹੋਰ ਵੀ ਕੁਝ ਕਾਂਗਰਸੀ ਆਗੂ ਸੀ ਇਹਨਾਂ ਨੇ ਸੱਚਰ ਨੂੰ ਮਨਾਇਆ ਮੁੜ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਲਿਆ ਸੁਖਜਿੰਦਰ ਰੰਧਾਵਾ ਨੇ ਆਖਿਆ ਕਿ ਸੱਚਰ ਕਿਸੇ ਦੇ ਬਹਿਕਾਵੇ ਵਿੱਚ ਆ ਗਿਆ ਸੀ ਉਹ ਭਾਰਤੀ ਜਨਤਾ ਪਾਰਟੀ ਵਿੱਚ ਚਲਾ ਗਿਆ ਸੀ ਸੱਚਰ ਦੀ ਗੱਲ ਜਿਹੜੀ ਅਸੀਂ ਸੁਣੀ ਹੈ ਇਹਨਾਂ ਦੀ ਮੰਗ ਅਸੀਂ ਹਾਈ ਕਮਾਂਡ ਕੋਲ ਰੱਖ ਦਿੱਤੀ ਹੈ ਅਤੇ ਇਹਨਾਂ ਦੀ ਮੰਗ ਨੂੰ ਜ਼ਰੂਰ ਵਿਚਾਰਿਆ ਜਾਊ ਤੇ ਜੇ ਕਹਿੰਦੇ ਲੋੜ ਮਹਿਸੂਸ ਹੋਈ ਤਾ ਕੁਝ ਕਾਂਗਰਸੀ ਵਰਕਰਾਂ ਨੂੰ ਹਾਈ ਕਮਾਂਡ ਕੋਲ ਲਿਜਾ ਕੇ ਇਹਨਾਂ ਦਾ ਪੱਖ ਰੱਖਿਆ ਜਾਊਗਾ। ਤੇ ਇਹਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਸੱਚਰ ਦੀ ਘਰ ਵਾਪਸੀ ਦਾ ਸਵਾਗਤ ਕੀਤਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਹੁਣ ਫੇਰ ਹਾਈ ਕਮਾਂਡ ਨਾ ਮੰਨੀ ਕਿ ਫੇਰ ਭਾਜਪਾ ਚਲੇ ਜਾਣਗੇ? ਜੇ ਟਿਕਟ ਮਿਲ ਜਾਂਦੀ ਤਾਂ ਪਾਰਟੀ ਚੰਗੀ ਐ। ਜੇ ਟਿਕਟ ਮਿਲਦੀ ਆ ਤਾਂ ਨਕਮੀਆਂ ਤੇ ਮੰਦੀ ਆ। ਹੋਰ ਭਰੋਸਾ ਦਿੱਤਾ ਕਿ ਭਾਈ ਤੇਰਾ ਮਾਮਲਾ ਵਿਚਾਰ ਲਿਆ ਜਾਊ ਵਾਪਸ ਆ ਗਏ ਇਹਦਾ ਮਤਲਬ ਤੁਹਾਡੀ ਵਿਚਾਰਤਾਰਾ ਕੀ ਹੈ ਜਿਨ੍ਹਾਂ ਨਾਲ ਕੱਲ ਤੁਸੀਂ ਹੱਥ ਮਿਲਾਇਆ ਸੀ ਉਹ ਤੁਹਾਡੇ ਵਰਗੇ ਤੇ ਵਿਸ਼ਵਾਸ ਕਿਵੇਂ ਕਰਨਗੇ ਜਾਂ ਇਹਦਾ ਮਤਲਬ ਬਾਕੀ ਲੋਕ ਵੀ ਆਹੀ ਕੁਝ ਕਰਨ ਮਹਿੰਦਰ ਕੇਪੀ ਵੀ ਚਲਾ ਜਾਵੇ ਜਿਨ੍ਹਾਂ ਨੂੰ ਹੋਰ ਟਿਕਟਾਂ ਦਿੱਤੀਆਂ ਉਹ ਵੀ ਚਲੇ ਜਾਣ ਕਿਉਂਕਿ ਕਿਤੇ ਨਾ ਕਿਤੇ ਤਾਂ ਅਨੁਸ਼ਾਸਨ ਹੋਣਾ ਬੜਾ ਲਾਜ਼ਮੀ ਹੈ ਇਸ ਤਰ੍ਹਾਂ ਇੱਕ ਹੋਰ ਖਬਰ ਮਿਲੀ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਪਹਿਲੇ ਵਿਅਰ ਵਿਸ਼ਨੂ ਸ਼ਰਮਾ ਉਹ ਵੀ ਅਕਾਲੀ ਦਲ ਨੂੰ ਛੱਡ ਕੇ ਮੁੜ ਕਾਂਗਰਸੀ ਹੋ ਗਿਆ ਹੈ। ਉਹਨਾਂ ਨੇ ਇਹ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਹਾਇਸ਼ ਤੇ ਕੀਤਾ। ਕਿਸੇ ਸਮੇਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੁਖਖਾਸ ਹੋਇਆ ਕਰਦੇ ਸੀ, ਕਰੀਬੀ ਹੋਇਆ ਕਰਦੇ ਸੀ। ਇਹ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਸ਼ਾਇਦ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੀ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਾ ਦਿੱਤਾ ਜਾਵੇ ਕਾਂਗਰਸ ਦੇ ਵੱਲੋਂ। ਪਰ ਇਹ ਫੈਸਲਾ ਹਾਈ ਕਮਾਂਡ ਕਰੂਗੀ। ਦੱਸਣਾ ਬਣਦਾ ਹੈ ਕਿ ਸਾਲ 2002 ਦੇ ਵਿੱਚ ਪਟਿਆਲਾ ਜਦੋਂ ਨਗਰਪਾਲਿਕਾ ਤੋਂ ਨਗਰ ਨਿਗਮ ਬਣਿਆ ਨਗਰ ਨਿਗਮ ਦਾ ਦਰਜਾ ਮਿਲਿਆ ਤਾਂ ਵਿਸ਼nu ਸ਼ਰਮਾ ਉੱਥੋਂ ਦੇ ਪਹਿਲੇ ਮੇਅਰ ਬਣੇ ਸੀ ਉਦੋਂ ਪੰਜਾਬ ਦੇ ਵਿੱਚ ਕਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਤੇ ਮੇਅਰ ਦਾ ਇਹ ਤਾਜ ਸ਼ਰਮਾ ਦੇ ਸਿਰ ਕਪਟਨ ਅਮਰਿੰਦਰ ਸਿੰਘ ਦੀ ਬਦੌਲਤ ਸਜਿਆ ਸੀ ਉਹ ਕਾਫੀ ਉਹਨਾਂ ਦੇ ਕਰੀਬੀ ਹੋਇਆ ਕਰਦੇ ਸੀ ਫਿਰ ਕੁਝ ਵਰਿਆਂ ਤੋਂ ਬਾਅਦ ਉਹ ਸ਼ਰੋਮਣੀ ਅਕਾਲੀ ਦਲ ਵਿੱਚ ਚਲੇ ਗਏ ਸੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਉਹ ਇੰਪਰੂਵਮੈਂਟ ਟਰਸਟ ਪਟਿਆਲਾ ਦੇ ਚੇਅਰਮੈਨ ਵੀ ਰਹੇ ਤੇ ਹੁਣ ਉਹਨਾਂ ਨੇ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਤੁਸੀਂ ਦੇਖੋ ਕਿ ਜਿਹੜਾ ਅੱਜ ਬੰਦਾ ਆਇਆ ਹੋ ਸਕਦਾ ਕੱਲ ਨੂੰ ਉਹਨੂੰ ਪਟਿਆਲੇ ਤੋਂ ਉਮੀਦਵਾਰ ਬਣਾ ਦਿੱਤਾ ਜਾਵੇ ਤੇ ਫਿਰ ਭਾਈ ਸੋਚਣਗੇ ਲੋਕ ਤਾਂ ਕਿ ਅਸੀਂ ਇਸ ਪਾਰਟੀ ਵਿੱਚ ਧੱਕੇ ਧਫੇ ਕਿਉਂ ਖਾਂਦੇ ਫਿਰ ਰਹੇ ਹਾਂ ਕਿਤੇ ਨਾ ਕਿਤੇ ਪਾਰਟੀਆਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਪਰ ਉਹਨਾਂ ਦਾ ਕੰਮ ਕੀ ਹੈ ਕਿ ਸਿਰਫ ਤੇ ਸਿਰਫ ਬਾਈ ਹੋਕ ਕੋਰਕ ਸਰਕਾਰ ਬਣਾਉਣੀ ਹੈ ਜਿੱਤਣ ਵਾਲਾ ਬੰਦਾ ਉਹ ਲੰਡਾ ਹੋਵੇ ਲੁੱਚਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਅਸੀਂ ਉਹਨੂੰ ਲਿਆ ਕੇ ਉੱਥੋਂ ਖੜਾ ਦੇਣਾ ਤੇ ਬੱਸ ਉਹ ਸਾਡੀ ਸੀਟ ਜਿੱਤ ਕੇ ਝੋਲੀ ਪਾ ਦਵੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਲੋਰ ਪਹਿਲਾਂ ਅਕਾਲੀ ਦਲ ਚ ਹੁੰਦੇ ਸੀ ਫਿਰ ਕਾਂਗਰਸ ਚਲੇ ਗਏ ਅੱਜ ਉਹ ਵੀ ਕਾਂਗਰਸ ਨਾਲ ਨਾਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚਲੇ ਗਏ ਦਲ ਬਦਲੀਆਂ ਦਾ ਜ਼ੋਰ ਜਿਸ ਤਰ੍ਹਾਂ ਮੈਂ ਜ਼ਿਕਰ ਕਰਿਆ ਤੁਸੀਂ ਦੇਖੋ ਸਾਰਾ ਕੁਝ ਉਸੇ ਅਧੀਨ ਹੋ ਰਿਹਾ ਹੈ ਇਸ ਵਕਤ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਇਹ ਚੋਣਾਂ ਤੋਂ ਪਹਿਲਾਂ ਹਲੇ ਹੋਰ ਵੀ ਕਾਫੀ ਕੁਝ ਹੋਣ ਵਾਲਾ ਹੈ ਹੁਣ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਲੋਰ ਉਹਨਾਂ ਦੇ ਪੁੱਤਰ ਦਮਨਵੀਰ ਉਹਨਾਂ ਨੇ ਵੀ ਕਾਂਗਰਸ ਛੱਡ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਸ਼ਾਮਲ ਹੋ ਗਏ ਹੈ ਦੱਸਣਾ ਬਣਦਾ ਕਿ ਸਰਵਣ ਸਿੰਘ ਫਲੋਰ ਸੀਨੀਅਰ ਅਕਾਲੀ ਆਗੂ ਸੀ 6 ਵਾਰ ਵਿਧਾਇਕ ਰਹੇ ਕਿਸੇ ਵਕਤ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਹੋਇਆ ਕਰਦੇ ਸੀ ਪਰ ਡਰਗ ਕੇਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਨਾਮ ਬੋਲਣ ਲੱਗਿਆ ਸੀ ਨਾਮ ਤਾਂ ਵਿਕਰਮ ਸਿੰਘ ਮਜੀਠੀਆ ਦਾ ਵੀ ਬੋਲਿਆ ਸੀ ਸਰਵਨ ਸਿੰਘ ਫਲੋਰ ਤੋਂ ਧੱਕੇ ਨਾਲ ਅਸਤੀਫਾ ਲੈ ਰਿਆ ਸੀ ਮਜੀਠੀਆ ਨੂੰ ਆਖਿਆ ਕੁਝ ਨਹੀਂ ਸੀ ਕਿਉਂਕਿ ਉਹ ਸਰਕਾਰ ਦੇ ਸਾਲੇ ਸਨ ਨਰਾਜ਼ਗੀ ਹੋਈ ਉਹਨਾਂ ਨੇ ਉਹਦੇ ਨਰਾਜ਼ਗੀ ਪ੍ਰਗਟਾਉਂਦਿਆਂ ਅਕਾਲੀ ਦਲ ਨੂੰ ਛੱਡ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਪਰ ਹੁਣ ਉਹਨਾਂ ਨੇ ਕਾਂਗਰਸ ਵੀ ਛੱਡ ਦਿੱਤੀ ਹੈ ਉਹ ਕਹਿੰਦੇ ਅਕਾਲੀ ਤੇ ਕਾਂਗਰਸ ਪਾਰਟੀਆਂ ਉਹ ਪਾਰਟੀਆਂ ਨੇ ਇਹ ਸਾਰੀਆਂ ਪਾਰਟੀਆਂ ਨਾ ਨਸ਼ਿਆਂ ਤੇ ਕੋਈ ਕੰਮ ਕਰਦੀਆਂ ਨੇ ਨਾ ਟਰਾਂਸਪੋਰਟ ਮਾਫੀਆ ਨੂੰ ਨੱਥ ਪਾ ਰਹੀਆਂ ਨੇ ਸਗੋਂ ਇਹਨਾਂ ਦੇ ਹੱਥਾਂ 'ਚ ਖੇਡ ਰਹੀਆਂ ਨੇ ਉਹ ਕਹਿੰਦੇ ਪੰਜਾਬ ਦੇ ਜ਼ਰੂਰੀਅਤ ਤੇ ਕੀਮਤੀ ਹਿੱਸੇ ਨੂੰ ਇਹ ਲੁਟਾਰੀਆਂ ਨੇ ਲੁੱਟ ਕੇ ਖਾ ਰੀਆਂ ਨੇ ਉਹ ਕਹਿੰਦੇ ਮੈਂ ਰੋਹਲ ਗਾਂਧੀ ਨੂੰ ਵੀ ਚਿੱਠੀ ਲਿਖੀ ਸੀ ਆ ਪੰਜਾਬ ਦੇ ਹਿੱਤ ਕੀ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਕਿ ਨਸ਼ਾ ਰੇਤ ਮਾਫੀਆ ਇਹ ਵੱਡੀਆਂ ਸਮੱਸਿਆਵਾਂ ਨੇ ਮੈਂ ਤੁਹਾਡਾ ਧਿਆਨ ਇੱਧਰ ਖਿੱਚਣਾ ਚਾਹਣਾ ਹੈ ਪਰ ਕਹਿੰਦੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸਗੋਂ ਅਸਮਰੱਥਾ ਪ੍ਰਗਟਾ ਦਿੱਤੀ ਉਹ ਕਦੇ ਕਿਸੇ ਵੀ ਕਾਂਗਰਸੀ ਆਗੂ ਨੇ ਡਰੱਗ ਦੇ ਉੱਤੇ ਭੂਮਾਫੀਆ ਦੇ ਖਿਲਾਫ ਕੱਖ ਨਹੀਂ ਕੀਤਾ ਤਿੱਖਾ ਹਮਲਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਹਿੰਦੇ ਸੁਣਵਾਈ ਉਹਨਾਂ ਦੀ ਹੋਈ ਨਹੀਂ ਇਸ ਕਰਕੇ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪੱਲਾ ਫੜ ਲਿਆ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਈ ਕਿਤੇ ਲੋਕ ਬੁੱਧੂ ਤਾਂ ਨਹੀਂ ਬਣ ਰਹੇ ਆ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀਆਂ ਘਰ ਇੱਕ ਘਰ ਤੇ ਰਹਿੰਦੀਆਂ ਦੋ ਸਕੇ ਭਰਾ ਇੱਕ ਭਾਜਪਾ ਚ ਤੇ ਇੱਕ ਅਕਾਲੀ ਚਾ ਦੋਵੇਂ ਵੱਡੇ ਆਗੂ ਨੇ ਇੱਕ ਕੋਠੀ ਆ ਝੰਡੇ ਦੋ ਝੂਲਦੇ ਨੇ ਤਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਕਾਦੀਆਂ ਦੇ ਕਾਂਗਰਸੀ ਵਿਧਾਇਕ ਫਤੇਜੰਗ ਸਿੰਘ ਬਾਜਵਾ ਕਾਂਗਰਸ ਪਾਰਟੀ ਨੂੰ ਛੱਡਦੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਆ। ਹਾਲਾਂਕਿ ਉਸ ਵਕਤ ਕਿਸੇ ਟਿਕਟ ਦਾ ਐਲਾਨ ਨਹੀਂ ਸੀ ਕੀਤਾ ਗਿਆ। ਸ਼ਾਇਦ ਉਹਨਾਂ ਨੂੰ ਕੰਸਵਾ ਸੀ। ਉਹਨਾਂ ਦੇ ਐਲਾਨ ਤੋਂ ਬਾਅਦ ਦੂਸਰੇ ਦਿਨ ਪ੍ਰਤਾਪ ਸਿੰਘ ਬਾਜਵਾ ਐਲਾਨ ਕਰਦੇ ਕਿ ਕਾਦੀਆਂ ਤੋਂ ਤਾਂ ਮੈਂ ਲੜਨਾ। ਹਾਲਾਂਕਿ ਉਹਨਾਂ ਦੇ ਹੱਕ ਵਿੱਚ ਨਵਜੋਤ ਸਿੰਘ ਸਿੱਧੂ ਖੜੇ ਸੀ। ਬੀਤੇ ਦਿਨੀ ਜਿਹਨੀਆਂ 86 ਟਿਕਟਾਂ ਦਾ ਐਲਾਨ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਵੀ ਦਿੱਤਾ ਹੈ ਹੁਣ ਦੋਵੇਂ ਭਰਾ ਆਪਣੀ ਪੁਸ਼ਤੈਨੀ ਕੋਠੀ ਵਿੱਚ ਇਕੱਠੇ ਰਹਿੰਦੇ ਆ ਤੇ ਉਸ ਸਾਂਝੇ ਘਰ ਦੀ ਛੱਤ ਦੇ ਉੱਤੇ ਇੱਕ ਪਾਸੇ ਕਾਂਗਰਸ ਦਾ ਝੰਡਾ ਝੁਲ ਰਿਹਾ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਝੁਲ ਰਿਹਾ ਹੈ ਹੁਣ ਦੇਖਣਾ ਹੋਊ ਕਿ ਕੀ ਫਤਿਹ ਜੰਗ ਸਿੰਘ ਬਾਜਵਾ ਨੂੰ ਭਾਜਪਾ ਕਾਦੀਆਂ ਤੋਂ ਆਪਣਾ ਉਮੀਦਵਾਰ ਐਲਾਨਦੀ ਹੈ ਜੋ ਆਪਣੇ ਭਰਾ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਚੋਣ ਲੜਦੇ ਆ ਪਰ ਸੰਕੇਤ ਦੇ ਰਹੇ ਨੇ ਉਹ ਕਿ ਉਹ ਬਾਜਵਾ ਦੇ ਖਿਲਾਫ ਚੋਣ ਨਹੀਂ ਲੜਨਗੇ ਕਿ ਆਸਰਾਈਆਂ ਨੇ ਕਿ ਉਹ ਬਟਾਲਾ ਤੋਂ ਭਾਜਪਾ ਦੀ ਟਿਕਟ ਤੇ ਖੜੇ ਹੋ ਸਕਦੇ ਆ ਅਤੇ ਸ਼੍ਰੀ ਹਰਗੋਬਿੰਦਪੁਰ ਤੋਂ ਕਿਸੇ ਆਪਣੇ ਵਫਾਦਾਰ ਸਾਥੀ ਨੂੰ ਚੋਣ ਲੜਾ ਸਕਦੇ ਆ ਕਿਉਂਕਿ ਸ਼੍ਰੀ ਹਰਗੋਬਿੰਦਪੁਰ ਰਾਖਮੀ ਸੀਟ ਹੈ ਪਰ ਉਹਨਾਂ ਦੇ ਨਾਲ ਬਲਵਿੰਦਰ ਲਾਢੀ ਵੀ ਗਏ ਸੀ ਪਰ ਉਹ ਛੇਦਣਾ ਤੋਂ ਬਾਅਦ ਘਰ ਵਾਪਸੀ ਕਰ ਗਏ ਸੀ ਹੁਣ ਟਿਕਟ ਲਾਢੀ ਦੀ ਵੀ ਘਟ ਦਿੱਤੀ ਹੈ ਵਿਚਾਰ ਵਟਾਂਦਰੇ ਉਹ ਫੇਰ ਕਰਦਾ ਫਿਰ ਰਿਹਾ ਹੈ ਪਹਿਲੇ ਦਿਨ ਜਿਸ ਦਿਨ ਟਿਕਟ ਕੱਟੀ ਸੀ ਕਹਿੰਦਾ ਸੀ ਕੋਈ ਗੱਲ ਨਹੀਂ ਮੈਂ ਪਾਰਟੀ ਦਾ ਵਫਾਦਾਰ ਰਹਾਂਗਾ ਇਸੇ ਤਰ੍ਹਾਂ ਸਾਬਕਾ ਡਿਪਟੀ ਸਪੀਕਰ ਨੇ ਜਿਹੜੇ ਅਜੈਬ ਸਿੰਘ ਭੱਟੀ ਉਹਨਾਂ ਨੇ ਵੀ ਕਹ ਦਿੱਤਾ ਕੋਈ ਗੱਲ ਨਹੀਂ ਭਾਈ ਮੈਨੂੰ ਨਾ ਟਿਕਟ ਦਿੱਤੀ ਤਾਂ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਰਹਾਂਗਾ ਪਰ ਹੁਣ ਤੇਵਰ ਲਾਡੀ ਹੋਰਾਂ ਤੇ ਬਦਲ ਚੁੱਕੇ ਹੈ ਉਹ ਕਹਿੰਦੇ ਨੇ ਮੈਂ ਵੇਖਦਾ ਆਪਣੇ ਸਮਰਥਕਾਂ ਨਾਲ ਸਲਾਹ ਕਰਦਾ ਉਹ ਕੀ ਕਹਿੰਦੇ ਨੇ ਤੇ ਆ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਬੀਤੇ ਦਿਨ ਉਹਨਾਂ ਨੇ ਐਲਾਨ ਕੀਤਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਚੈਲੰਜ ਕਰਦਾ ਮੇਰੇ ਬਰਾਬਰ ਚੋਣ ਲੜੇ ਮੈਂ ਮਾਨਸਾ ਤੋਂ ਚੋਣ ਲੜਾਂਗਾ ਪਰ ਹੁਣ ਅਚਨਚੇਤ ਮੈਦਾਨ ਤੋਂ ਲਾਬੇ ਹੋ ਗਏ ਕਿਉਂਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀ ਸੰਯੁਕਤ ਸਮਾਜ ਮੋਰਚਾ ਬਣਾਇਆ ਸੰਯੁਕਤ ਸਮਾਜ ਮੋਰਚਾ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਕੱਲ ਮੋਰਚ ਨੇ ਆਪਣੀ ਦੂਸਰੀ ਸੂਚੀ ਐਲਾਨੀ ਸੂਚੀ ਦੇ ਵਿੱਚ ਸੀਨੀਅਰ ਕਿਸਾਨ ਆਗੂ ਰੁੜਦਾ ਸਿੰਘ ਮਾਨਸਾ ਅਰਤੇ ਸਰਦੂਲਗੜ ਹਲਕੇ ਤੋਂ ਬੋਖ ਸਿੰਘ ਮੈਦਾਨ ਵਿੱਚ ਆਉਣ ਤੋਂ ਪਿੱਛੇ हट ਗਿਆ। ਇਹ ਜਦੋਂ ਸੂਚੀ ਦੇਖੀ ਤੇ ਲੋਕ ਥੋੜੇ ਹੈਰਾਨ ਵੀ ਹੋਏ ਕਿ ਅਚਨਚੇਤ ਕੀ ਹੋ ਗਿਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੂੰ ਮਾਨਸਾ ਤੋਂ ਉਮੀਦਵਾਰ ਐਲਾਨ ਦਿੱਤਾ। ਇਸੇ ਤਰ੍ਹਾਂ ਸਰਦੂਲਗੜ ਤੋਂ ਛੋਟਾ ਸਿੰਘ ਮੀਆਂ ਨੂੰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ। ਮਾਨਸਾ ਦੇ ਇੱਕ ਹੋਰ ਨੌਜਵਾਨ ਤੇ ਮਜ਼ਦੂਰ ਆਗੂ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉ ਬੜਲਾਡਾ ਵਿਧਾਨ ਸਭਾ ਹਲਕੇ ਦੀ ਥਾਂ ਹੁਣ ਅਚਾਰਕੀ ਭਦੌੜ ਰਿਜ਼ਰਵ ਹਲਕੇ ਦੇ ਵਿੱਚੋਂ ਚੋਣ ਲੜਨ ਦਾ ਨਾਮ ਇਹ ਸੂਚੀ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਨੇ ਕਿ ਹੋ ਕਿਵੇਂ ਗਿਆ ਜਦ ਕਿ ਬੜਲਾਡਾ ਵਿਧਾਨ ਸਭਾ ਹਲਕਾ ਰਿਜ਼ਰਵ ਲਈ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਹੀ ਕੀਤਾ ਗਿਆ ਹੈਰਾਨੀਜਨਕ ਗੱਲ ਇਹ ਵੀ ਹੈ ਕਿਸ ਸੰਜੁਗਤ ਸਮਾਜ ਮੋਰਚੇ ਦੇ ਵੱਲੋਂ ਜਿਹੜੀਆਂ 20 ਸੀਟਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਚੌੜ ਲੜ ਰਹੇ ਕਿਸਾਨ ਸੰਗਠਨਾਂ ਦੀ ਸਹਿਮਤੀ ਬਣੀ ਹੈ ਪਰ ਦੂਸਰੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਰੁਲਦੂ ਸਿੰਘ ਮਾਨਸਾ ਉਹ ਉਸ ਥਾਂ ਦੇ ਉੱਤੋਂ ਉਮੀਦਵਾਰੀ ਨਹੀਂ ਬਣਾਈ ਜਿੱਥੋਂ ਬੀਤੇ ਦਿਨੀ ਉਹਨਾਂ ਨੇ ਚੌੜ ਲੜਨ ਦਾ ਬਕਾਇਦਾ ਤੌਰ ਤੇ ਆਪ ਐਲਾਨ ਕਰ ਦਿੱਤਾ ਸੀ ਅਤੇ ਸਰਦੂਰਗੜ ਦੀ ਸੀਟ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਉਪਾ ਪ੍ਰਧਾਨ ਬੋਗ ਸਿੰਘ ਦੇ ਹਿੱਸੇ ਦੱਸੀ ਜਾ ਰਹੀ ਸੀ ਪਰ ਉੱਥੋਂ ਵੀ ਨਵੇਂ ਉਮੀਦਵਾਰ ਦਾ ਨਾਮ ਸੂਚੀ 'ਚ ਆਉਣ ਤੋਂ ਬਾਅਦ ਕਿ ਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਕੀ ਸੰਯੁਕਤ ਸਮਾਜ ਮੋਰਚੇ ਵਿੱਚ ਸਭ ਕੁਝ ਠੀਕ ਹੈ ਕਿਉਂ ਇਹਨਾਂ ਨੂੰ ਉੱਥੋਂ ਉਮੀਦਵਾਰ ਨਹੀਂ ਐਲਾਨਿਆ ਕਿ ਜਿੱਥੋਂ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਉਮੀਦਵਾਰ ਐਲਾਨ ਦਿੱਤਾ ਸੀ ਬੋਗ ਸਿੰਘ ਹੋਰਾਂ ਨਾਲ ਵੀ ਇਸ ਤਰ੍ਹਾਂ ਪਰ ਜਦੋਂ ਹੁਣੇ ਸੂਚੀ ਬਾਹਰ ਆ ਗਈ ਤਾਂ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ ਗਿਆ ਕਿ ਭਾਈ ਕੀ ਕਾਰਨ ਹੈ ਤੁਸੀਂ ਇਹ ਐਲਾਨ ਕੀਤਾ ਸੀ ਹੁਣ ਸੂਚੀ ਤੋਂ ਤੁਸੀਂ ਬਾਹਰ ਹੋ ਉਹ ਕਹਿੰਦੇ ਪੰਜਾਬ ਭਰ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਦੀ ਮੇਰੀ ਡਿਊਟੀ ਹੈ ਇਸ ਗੱਲ ਦੇ ਉੱਤੇ ਸਹਿਮਤੀ ਬਣ ਗਈ ਹੈ ਕਿ ਮੈਂ ਪ੍ਰਚਾਰ ਕਰੂੰ ਅਸੀਂ ਸਹਿਮਤੀ ਤੋਂ ਬਾਅਦ ਚੋਣ ਲੜਨ ਤੋਂ ਪਿੱਛੇ ਹਟਿਆ ਕਿਸਾਨ ਆਗੂ ਬੋਗ ਸਿੰਘ ਨੇ ਇਹ ਕਿਹਾ ਕਿ ਉਹਨਾਂ ਦਾ ਮਾਨਸਾ ਹਲਕੇ ਤੇ ਪੂਰਾ ਹੱਕ ਸੀ ਰੁਰਦੂ ਸਿੰਘ ਭਾਵੇਂ ਉਹ ਉਹਨਾਂ ਨੇ ਕਹਿੰਦੇ ਰੁਰਦੂ ਸਿੰਘ ਹੋਰ ਨਹੀਂ ਤਾਂ ਮੇਰੇ ਤੋਂ ਛੀਟ ਸੁੜਵਾਈ ਸੀ ਮਾਨਸਾ ਵਾਲੀ ਪਰ ਫਿਰ ਵੀ ਉਹਨਾਂ ਨੇ ਸਰਦੂਲਗੜ ਜਾਣ ਦਾ ਮਨ ਬਣਾ ਲਿਆ ਸੀ। ਉਹਨਾਂ ਕਿਹਾ ਕਿ ਹੁਣ ਸੂਚੀ ਜਾਰੀ ਹੋਣ ਤੋਂ ਬਾਅਦ ਉਹ ਰੁੜਦੂ ਸਿੰਘ ਦੇ ਪਿੱਛੇ ਹਟਣ ਦਾ ਪਤਾ ਲੱਗਿਆ ਜੋ ਚੰਗਾ ਤਾਂ ਨਹੀਂ ਹੋਇਆ ਮੈਂ ਉਥੋਂ ਚੋਣ ਲੜ ਸਕਦਾ ਸੀ। ਉਹਨਾਂ ਕਿਹਾ ਕਿ ਸਰਦੂਲਗੜ ਹਲਕੇ ਤੋਂ ਛੋਟਾ ਸਿੰਘ ਮੀਆਂ ਉਹਨਾਂ ਦੀ ਜਥੇਬੰਦੀ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਲੰਬੇ ਸਮੇਂ ਤੋਂ ਇਸ ਹਲਕੇ ਤੋਂ ਡਟਿਆ ਰਿਹਾ ਹੈ। ਪਰ ਕੁਝ ਵੀ ਹੋਵੇ ਇਸ ਗੱਲ ਨੇ ਲੋਕਾਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ। ਕਿ ਦੋਵੇਂ ਵੱਡੇ ਆਗੂ ਸੀ ਦੋਵੇਂ ਆਪੋ ਆਪਣੀਆਂ ਉਮੀਦਵਾਰੀਆਂ ਦਾ ਐਲਾਨ ਕਰ ਰਹੇ ਸੀ ਕਿ ਉਥੋਂ ਚੋਣ ਲੜਾਂਗੇ ਉਥੋਂ ਚੋਣ ਲੜਾਂਗੇ ਕੀ ਕਾਰਨ ਨੇ ਕਿ ਸੱਚਮੁੱਚ ਇਹਨਾਂ ਨਾਲੋਂ ਬਿਹਤਰ ਉਮੀਦਵਾਰ ਲੱਭ ਗਏ ਐ ਪਰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਸੱਚਮੁੱਚ ਸਹਿਮਤੀ ਬਣੀ ਐ ਜਾਂ ਨਾਰਾਜ਼ਗੀ ਹੋਈ ਐ ਹੁਣ ਜਿਹੜੀ ਅਗਲੀ ਖਬਰ ਐ ਅੱਜ ਆਮ ਆਦਮੀ ਪਾਰਟੀ ਇੱਕ ਵੱਡਾ ਐਲਾਨ ਕਰਨ ਜਾ ਰਹੀ ਐ ਉਹ ਇਹ ਕਿ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਦਾ ਕੌਣ ਹੋਵੇਗਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅੱਜ ਉਚੇਚੇ ਤੌਰ ਤੇ ਖੁਦ ਮੁਹਾਲੀ ਆ ਰਹੇ ਨੇ ਬਕਾਇਦਾ ਤੌਰ ਤੇ ਮੁਹਾਲੀ ਦੇ ਵਿੱਚ ਦੁਪਹਿਰ 12:00 ਵਜੇ ਇੱਕ ਪ੍ਰੈਸ ਸੰਵੇਲਨ ਸੱਦਿਆ ਹੋਇਆ ਹੈ ਉਹਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਉਹਦਾ ਉਹ ਐਲਾਨ ਕਰਨਗੇ ਉਂਝ ਮੈਂ ਇੱਥੇ ਦੱਸ ਦਿਆਂ ਬੀਤੇ ਕਈ ਵਾਰ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਕਈ ਵਾਰੀ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਪੰਜਾਬੀ ਵੀ ਹੋਵੇਗਾ ਤੇ ਸਿੱਖ ਵੀ ਹੋਵੇਗਾ ਇੱਕ ਨੰਬਰ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਜਾਰੀ ਕਰ ਦਿੱਤਾ ਸੀ ਪੰਜਾਬ ਦੇ ਲੋਕਾਂ ਤੋਂ ਸੁਝਾਵਾਂਗੇ ਸਨ ਪਰ ਆਪਸ਼ਨ ਵਿੱਚ ਕੋਈ ਨਹੀਂ ਦਿੱਤੀ ਕਹਿੰਦੇ ਨੇ ਕਿ ਲੱਖਾਂ ਦੀ ਗਣਤੀ ਦੇ ਵਿੱਚ ਫੋਨ ਵੀ ਗਏ ਆ WhatsApp ਮੈਸੇਜ ਵੀ ਗਏ ਆ ਵੌਇਸ ਮੈਸੇਜ ਵੀ ਗਏ ਆ ਟੈਕਸਟ ਮੈਸੇਜ ਵੀ ਗਏ ਆ ਹੁਣ ਉਹਦੇ ਤੋਂ ਉਹਨਾਂ ਨੇ ਡਾਟਾ ਇਕੱਤਰ ਕਰਕੇ ਅੱਜ ਦੱਸ ਦੇਣਾ ਕਿ ਉਹਨਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ ਚਿਹਰਾ ਕੌਣ ਹੋਵੇਗਾ ਪਰ ਰਗਵ ਚੱਡਾ ਹੋ ਰਾਣੇ ਅਤੇ ਹਰਪਾਲ ਸਿੰਘ ਚੀਮਾ ਹੋਰ ਉਹਨੇ ਪ੍ਰੈਸ ਕਾਨਫਰੈਂਸ ਕਰਕੇ ਦੱਸ ਦਿੱਤਾ ਸੀ ਕਿ ਸਾਨੂੰ ਸਾਡਾ ਸੀਐਮ ਦਾ ਚਿਹਰਾ ਮਿਲ ਚੁੱਕਿਆ ਜੋ ਲੋਕਾਂ ਨੇ ਦੱਸਿਆ ਵੈਸੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਇਸ ਵਕਤ ਸਭ ਤੋਂ ਤਕੜੇ ਉਮੀਦਵਾਰ ਦੱਸੇ ਜਾ ਰਹੇ ਨੇ ਸਭ ਤੋਂ ਤਕੜੇ ਦਾਵੇਦਾਰ ਦੱਸੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਕੀ ਸੱਚਮੁੱਚ ਉਹਨਾਂ ਦੇ ਨਾਮ ਤੇ ਹੀ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ ਪਰ ਪੰਜਾਬ ਦੇ ਲੋਕਾਂ ਨੇ ਹਰਪਾਲ ਚੀਮਾ ਤੇ ਰਾਗਵ ਛੱਡਾ ਦੇ ਦੱਸਣ ਦੇ ਮਤਾਬਕ ਬਹੁਤ ਵੱਡੀ ਪ੍ਰਤੀਕਿਰਿਆ ਦਿੱਤੀ ਹੈ ਕਿ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੀਐਮ ਚੀਰਾ ਕੌਣ ਚਾਉਂਦੇ ਨੇ ਬਸ ਕੁਝ ਘੰਟਿਆਂ ਦੀ ਦੇਰ ਹੈ ਵੀਖ ਲੈਨੀ ਹੈ ਕਿ ਅੱਗੇ ਪਹਿਲਾਂ ਵੀ ਕਈ ਵਾਰੀ ਤਰੀਕਾ ਦਿੱਤੀਆਂ ਨੇ ਕਿ ਅੱਜ ਐਲਾਨ ਕਰਦੇ ਆਂ ਭਲਕੇ ਐਲਾਨ ਕਰਦੇ ਆਂ ਦੇਖਦੇ ਆਂ ਕਿ ਅੱਜ ਕੀ ਸਤਮੁੱਚ ਭਗਵੰਤ ਮਾਨ ਦੇ ਨਾਮ ਦਾ ਐਲਾਨ ਹੁੰਦਾ ਪਰ ਪਤਾ ਇਹ ਲੱਗ ਰਿਹਾ ਅੰਦਰੋਂ ਕਿ ਭਗਵੰਤ ਮਾਨ ਦੇ ਨਾਮ ਤੇ ਸਹਿਮਤੀ ਬਣ ਚੁੱਕੀ ਹੈ ਸਿਰਫ ਐਲਾਨ ਕਰਨਾ ਬਾਕੀ ਹੈ ਚਲੋ ਕੁਝ ਘੰਟਿਆਂ ਦਾ ਹੋਰ ਇੰਤਜ਼ਾਰ ਕਰਦੇ ਹਾਂ ਦੋਸਤੋ ਇਹ ਸੀ ਕੁਲਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਕਰ ਤੋਂ ਗਰੇਜ਼ ਨਾ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਖਾ